कौन जो जिंदर मेरी है आरटीए जो लिखवाता है जिंदर मेरी को आया होगा सिर्फ चौदह लाख में 70 लाख की चोरी है जी दिन बंदे रात हो गई जी जिंदर ने चोरी की संदीप मांगो संदीप मांगो अशोक मांगो इतने बंदे अंदर रह गए बंदे जमानत में बाहर है ਉਹ ਕਿਹਾ ਕਿ ਸਾਨੂੰ ਮੱਲੇ ਦਾ ਰਿਸ਼ਤਾ ਕਿਸੇ ਨਾਲ ਮਤ ਪਿਆਰ ਨਾ ਪਵਤ ਨਾ ਜਾ ਕੇ ਫੈਸਲਾ ਕਰ ਜਾਂਦੀ ਉਹ ਨਾ ਕੋਈ ਨਾ ਕੇਸ ਪੰਦਾ ਹਾਂਜੀ ਰੇਲ ਰੋਡ ਦੇ ਨਹੀਂ ਉਤਾਰ ਦੇ ਰੇਲ ਰੋਡ 40 ਰੇਲ ਰੋਡ 40 ਰੇਲ ਰੋਡ ਦੇ ਇਹਨਾਂ ਕਰੋ ਮਾਰ ਬ੍ਰਾਹਮਣ ਵੀ ਹੋਇਆ ਹੈ ਇਹ ਬਿਲਕੁਲ ਪੁੱਛੋ ਨਾ ਉਹ ਚਾਰੋ ਰੇਸ਼ਨ ਕਰੇ ਬਿਲਕੁਲ ਪੁੱਛੋ ਸੁਮੀਰ ਸੁਮੀਰ ਦਾ ਕੋਣ ਰੇਲ ਰੇਸ਼ਨ ਹੈ ਚਾਰੋ ਨੇ ਚੋਰ ਰੇਸ਼ਨ ਐਫ ਆਈ ਆਰ ਐਫ ਆਈ ਆਰ ਕਰਾਈ ਸਭ ਕੁਝ ਹੋਇਆ ਅੰਦਰ ਹੋਏ ਚਾਰ ਦੀ ਪੈਸ ਹੋ ਗਈ ਇਸ ਬੰਦੇ ਨੇ ਸਾਲ ਹੋ ਗਿਆ चलो जाइए पुलिस से पहले फोन कर देना अच्छा ठीक है जिन्हें अंदर वड़न दियो आज इन्हें ना अंदर ना वड़न दियो इन्हें ने सानू 1.5 साल हो गया सारी फैमिली मारन दे लिया हुई है ने बंदे ने हाँ जी मैं संदीप चंद्र श्री केंद्रीशन वासी पत्तर भाई जिसने के जलंधर का रहने वाला जी 17/5/16 ਨੂੰ ਮੇਰੇ ਗਡਾਉਂ ਦੇ ਵਿੱਚ 250 ਰਮਣੀਕਿਆਂ ਵਿੱਚ 7.5-7 ਲੱਖ ਦੀ ਚੋਰੀ ਹੋਈ ਹੈ ਜੀ ਕਿਤਾਬਾਂ ਦੀ ਜਿਹਦੇ ਵਿੱਚ ਹਾਈ ਕੋਰਟ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਪਰਚਾ ਹੋਇਆ ਹੈ ਔਰ 3 ਦੋਸ਼ੀ ਪਾਏ ਗਏ ਜਿਨ ਸੁਮੀਤ ਮਾਗੋ ਸੰਦੀਪ ਮਾਗੋ ਅਸ਼ੋਕ ਮਾਗੋ ਰੈਜ਼ੀਡੈਂਸ 39 ਪ੍ਰਤਾਪ ਰੋਡ ਰੇਲਵੇ ਰੋਡ ਜਲੰਧਰ ਸ਼ੀਤਾ ਦੀ ਫੈਮਿਲੀ ਨਾਲ ਹੀ ਦੱਸ ਔਰ ਇੱਕ ਮਿੰਟ ਜੀ ਸਾਡਾ ਬੰਦਾ ਸ਼ੀਤਾ ਹੀ ਹੱਥ ਵਾਲਾ ਮਾਰਿਆ ਗਿਆ ਹਾਂਜੀ ਹਾਈ ਕੋਰਟ ਦੀ 21 ਦਿਨ ਇਨਵੈਸਟੀਗੇਸ਼ਨ ਬਾਅਦ ਪਰਚਾ ਹੋਇਆ ਜੀ ਜਿਹਦੇ 8/12 ਨੂੰ ਐਫ ਆਈ ਆਰ ਹੋਈ ਔਰ ਇਹ ਬੰਦੇ ਕਿੰਨੇ ਫੜੇ ਗਏ ਉਸ ਤੋਂ ਬਾਅਦ ਰਜਿੰਦਰ ਬੇਰੀ ਬਿਲਕੁਲ ਥਾਣੇ ਨਾਲ ਚੜਾਣ ਗਿਆ ਚਾਹੇ ਕਰਤਾਰਪੁਰ ਸੀ ਚਾਹੇ ਥਾਣਾ ਮਕਸੂਦਾ ਸੀਗਾ ਚਾਹੇ 2 ਨੰਬਰ ਥਾਣਾ ਸੀਗਾ ਇਹ ਹਰ ਜਗ੍ਹਾ ਰਜਿੰਦਰ ਬੇਰੀ ਨੇ ਮਗਰ ਪੈ ਕੇ ਤੇਜ਼ ਆ ਕੇ ਚੜਾਣ ਦੀ ਕੋਸ਼ਿਸ਼ ਕੀਤੀ ਹੁਣ ਸਾਡੇ ਤੇ ਝੂਠੀਆਂ ਸ਼ਿਕਾਇਤਾਂ ਪਾਉਂਦਾ ਪਿਆ ਕਿ ਇਹ ਬੰਦੇ ਮਾਰਨ ਨੂੰ ਪੈਂਦੇ ਪਏ ਉਹ ਜਮਾਨਤ ਤੇ ਬੰਦੇ ਬਾਹਰ ਰੰਜਿਸ਼ ਝੂਠੀਆਂ ਸ਼ਿਕਾਇਤਾਂ ਪਾਉਣ ਲਿਆ ਕਦੀ ਮੇਰੀ ਮਦਰ ਤੇ ਕਦੀ ਮੇਰੀ ਵਾਈਫ ਤੇ ਕਦੀ ਮੇਰੇ ਫਾਦਰ ਤੇ ਕਦੀ ਮੇਰੇ ਤੇ ਕਿ ਇਹ ਬੰਦੇ ਮਾਰਨ ਨੂੰ ਪੈਂਦੇ ਪਏ ਜਦਕਿ ਦੋਸ਼ੀ ਉਹ ਆ ਔਰ ਦਵਾਹਰ ਤੇ ਬਣਾ ਰਹੇ ਕਿ ਪਰਚਾ ਵਾਪਸ ਮੈਂ ਇਹਨਾਂ ਨੂੰ ਮਜਾਨੋ ਮਰਵਾ ਦਵਾਂਗੇ ਅਸੀਂ ਤੇ ਕਿੰਨੀ ਦੇਰ ਬਾਅਦ ਬੰਦੇ ਛੁੱਟ ਕੇ ਆ ਗਏ ਹਾਂਜੀ ਬੰਦੇ ਕਿੰਨੀ ਦੇਰ ਬਾਅਦ ਛੁੱਟ ਕੇ ਆ ਗਏ 15 ਦਿਨ ਅੰਦਰ ਰਹਿ ਕੇ ਆਏ 15 ਦਿਨ ਅੰਦਰ ਰਹਿ ਕੇ ਆਏ ਅੱਛਾ ਤੇ ਕੀ ਮਾਲ ਬਰਾਮਦ ਹੋਇਆ ਹੀ ਉਹਨਾਂ ਕੋਲ 5.5 ਲੱਖ ਦੀ ਪੁੱਛ ਨਹੀਂ ਵੀਡੀਓ ਮੇਰੇ ਕੋਲ ਪਈ ਆ 5.5 ਲੱਖ ਰਿਕਵਰੀ ਹੋਈ ਆ ਮਾਗੋ ਦੇ ਘਰੋਂ ਮਾਗੋ ਦੇ ਘਰੋਂ ਰਿਕਵਰੀ ਹੋਈ ਆ ਪੁੱਛਨੇ ਆਪ ਜਾ ਕੀਤੀ ਆ ਵੀਡੀਓ 'ਚ ਦੱਸਦੇ ਪਏ ਆ ਤੇ ਵੀਡੀਓ ਤੁਹਾਡੇ ਕੋਲ ਪਈ ਹੋਈ ਆ ਬਿਲਕੁਲ ਪਈ ਆ ਮੇਰੇ ਕੋਲ ਜਲੰਧਰ ਖਬਰਨਾਮਾ ਤੇ ਖਬਰ ਆਈ ਹੋਈ ਆ ਉਹ ਵੀ ਮੇਰੇ ਕੋਲ ਪਈ ਹੋਈ ਆ ਥਾਣੇ 'ਚ ਵੀਡੀਓ ਵੀ ਟੀਵੀ ਦੇ ਕਹਿੰਦੇ ਨੇ ਬੰਦੇ ਨੂੰ ਇਹਨੂੰ ਪੁੱਛਿਆ ਜਾਵੇ ਇਹਨੂੰ ਕਿ ਜੇ ਮੇਰੇ ਬੱਚਿਆਂ ਨੂੰ ਚਰੀਟ ਲਿਆ ਗਈ ਮੈਨੂੰ ਮੇਰੇ ਪਰਿਵਾਰ ਨੂੰ ਚਰੀਟ ਵੀ ਆਉਂਦੀ ਆ ਰਜਿੰਦਰ ਮੇਰੀ ਤੇ 100% ਮਾਗੋ ਜ਼ਿੰਮੇਵਾਰ ਹੈ।